ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਗੱਲ ਕਰਦੇ ਹਾਂ ਕਬੱਡੀ ਦੀ। ਅਤੇ ਜੇ ਗੱਲ ਕਰੀਏ ਸੋਹੀਆਂ ਕਲਾ, ਤਾਂ ਕਬੱਡੀ ਕੋਈ ਦੋ ਗੱਲਾਂ ਨਹੀਂ ਹੈ। ਲਗਾਤਾਰ 21 ਸਾਲ ਤੋਂ ਬੜੀ ਕਾਮਯਾਬੀ ਦੇ ਨਾਲ ਵੱਡਾ ਕਬੱਡੀ ਕੱਪ ਹੁੰਦਾ ਰਿਹਾ, ਪਿੰਡ ਸੋਹੀਆਂ ਕਲਾ ਮਜੀਠਾ ਨੇੜੇ ਹੈ। ਅਤੇ ਇਸ ਵਾਰ ਵੀ 25 ਅਗਸਤ ਦਿਨ ਐਤਵਾਰ ਨੂੰ ਵੱਡਾ ਕਬੱਡੀ ਦਾ ਕੱਪ ਹੋਣ ਡਿਆ, ਅਤੇ ਜਿਹਨੂੰ ਕਹਿ ਦਿੰਦੇ ਕਿ ਤੇਗਾਂ ਦੇ ਨਾਲ ਢਾਲਾਂ ਖੜਕਣ ਵਾਲੀ ਗੱਲ ਹੋਣੀ ਆ, ਨਗਾਰੇ ਦੇ ਚੋਟਾਂ ਲੱਗਣ ਵਾਲੀ ਗੱਲ ਹੋਣੀ ਆ, ਜਿਹਨੂੰ ਕਹਿੰਦੇ ਆ ਕਿ ਸ਼ੇਰਾਂ ਨੇ ਪਹਾੜਾਂ ਨਾਲ ਮੱਥੇ ਲਾਉਣੇ ਆ, ਜਿਹਨੂੰ ਕਹਿੰਦੇ ਆ ਕਿ ਸਾਨਾਂ ਦੇ ਭੇੜ ਹੋਣੇ ਆ, ਅਤੇ ਉਹ ਸੋਹੀਆਂ ਕਲਾਂ ਦੀ ਧਰਤੀ 'ਤੇ 25 ਅਗਸਤ ਦਿਨ ਐਤਵਾਰ ਨੂੰ ਵੱਡਾ ਕਬੱਡੀ ਕੱਪ ਹੋਣਾ, ਜਿਹਦੇ ਵਿੱਚ ਪੰਜਾਬ ਦੀਆਂ 4 ਟੌਪ ਦੀਆਂ ਕਲੱਬਾਂ, ਭਾਈ ਮਿੱਤਰੋ, ਪੰਜਾਬ ਲਾਇਨਸ ਕਬੱਡੀ ਕਲੱਬ ਮਾਝਾ ਦੀ ਟੀਮ ਜੋ ਹੋਰ ਥੋੜ੍ਹੇ ਸਮੇਂ ਵਿੱਚ ਵੱਡੀ ਕਾਮਯਾਬੀ ਵੱਲ ਪਲਾਂਗਾ ਪੁੱਟ ਰਹੀ ਹੈ। ਬਾਬਾ ਬੁੱਢਾ ਸਾਹਿਬ ਜੀ ਕਬੱਡੀ ਕਲੱਬ ਰਮਦਾਸ ਇੱਕ ਤਜਰਬੇਕਾਰ ਟੀਮ ਹੈ, ਅਤੇ ਬੜੀ ਕਾਮਯਾਬੀ ਦੇ ਨਾਲ ਲੰਬੇ ਸਮੇਂ ਤੋਂ ਟਿਕੀ ਹੋਈ ਹੈ। ਬਾਬਾ ਨਾਮਦੇਵ ਜੀ ਕਬੱਡੀ ਕਲੱਬ ਘੁਮਾਉਣ ਦੀ ਗੱਲ ਕਰੀਏ ਤਾਂ ਇੱਕ ਤੋਂ ਇੱਕ ਵੱਧ ਕੇ ਅਤੇ ਇੱਕ ਤੋਂ ਇੱਕ ਚੜ੍ਹ ਕੇ ਮਹਾਰਥੀ ਇਸ ਟੀਮ ਵਿੱਚ ਬੈਠੇ ਆ। ਅਤੇ ਜੇ ਗੱਲ ਕਰੀਏ ਮਾਝਾ ਕਬੱਡੀ ਕਲੱਬ ਕਰਿਆਲਾ, ਜਸਵਿੰਦਰ ਕਲਸੀ ਬਾਰੇ ਤਾਂ ਗੱਲ ਕਹੀ ਜਾਂਦੀ ਹੈ ਕਿ ਕਦੇ ਟੀਮ ਹਲਕੀ ਨਹੀਂ ਬਣਾਉਂਦਾ, ਅਤੇ ਇਸ ਵਾਰ ਇਹ 4 ਟੌਪ ਦੀਆਂ ਜਿਹੜੀਆਂ ਕਲੱਬਾਂ 25 ਅਗਸਤ ਦਿਨ ਐਤਵਾਰ ਨੂੰ ਸੋਹੀਆਂ ਕਲਾਂ ਮਜੀਠਾ ਦੇ ਨੇੜੇ ਘੁੱਗ ਵੱਸਦਾ ਪਿੰਡ ਹੈ ਮਿੱਤਰੋ, ਚੰਗੇ ਲੋਕਾਂ ਦਾ ਪਿੰਡ ਹੈ, ਪਾਕ ਰੂਹਾਂ ਰਹਿੰਦੀਆਂ ਇਸ ਪਿੰਡ ਦੇ ਵਿੱਚ। ਅਤੇ ਯਾਦ ਰੱਖਿਓ, ਸੰਗਿਓ ਨਾ, ਉਹ ਸ਼ਰਮਾਇਓ ਨਾ, 25 ਅਗਸਤ ਦਿਨ ਐਤਵਾਰ ਨੂੰ ਹੁੰਮਾ ਹੁਮਾ ਕੇ ਆਇਓ, ਉਹ ਤੁਹਾਡਾ ਆਪਣਾ ਕਬੱਡੀ ਕੱਪ ਆ, ਅਤੇ ਤੁਹਾਡੀ ਮਿਹਰਬਾਨੀ ਨਾਲ ਹੀ ਇਹ ਕਾਮਯਾਬ ਆ। ਅਤੇ ਇਸ ਵਾਰ ਵੀ ਸੰਗਤਾਂ ਨੇ ਰੌਣਕ ਵਧਾ ਕੇ ਇਸ ਕਬੱਡੀ ਕੱਪ ਨੂੰ ਕਾਮਯਾਬ ਕਰਨਾ, ਅਤੇ ਹੁੰਮਾ ਹੁਮਾ ਕੇ ਦਰਸ਼ਨ ਦੇਣੇ ਆ। ਇੱਕ ਵਾਰ ਨੋਟ ਕਰ ਲਓ, 25 ਅਗਸਤ ਦਿਨ ਐਤਵਾਰ ਪਿੰਡ ਸੋਹੀਆਂ ਕਲਾਂ ਮਜੀਠਾ ਨੇੜੇ, ਅਤੇ 4 ਟੌਪ ਦੀਆਂ ਕਲੱਬਾਂ ਪੰਜਾਬ ਲਾਇਨਸ ਮਾਝਾ, ਬਾਬਾ ਬੁੱਢਾ ਸਾਹਿਬ ਜੀ ਕਬੱਡੀ ਕਲੱਬ ਰਮਦਾਸ, ਬਾਬਾ ਨਾਮਦੇਵ ਜੀ ਕਬੱਡੀ ਕਲੱਬ ਘੁਮਾਣ, ਅਤੇ ਮਾਝਾ ਕਬੱਡੀ ਕਲੱਬ ਕਰਿਆਲਾ। ਅਤੇ ਨਾਲ ਨੋਟ ਕਰ ਲਓ ਬਈ, 24 ਤਰੀਕ ਨੂੰ 10 ਲੋੜਵੰਦ ਬੀਬੀਆਂ ਦੇ ਆਨੰਦ ਕਾਰਜ ਵੀ ਹੋਣੇ ਆ।